ਆਪਾਂ ਪੁਰਾਣੇ ਜ਼ਮਾਨੇ ਦੇ ਤਰੀਕੇ ਨਾਲ ਬਣਾਵਾਂਗੇ ਜਿਵੇਂ ਪੁਰਾਣੇ ਜ਼ਮਾਨੇ ਤਰੀਕੇ ਬਣਾਉਂਦੇ ਉਦੋਂ ਟਮਾਟਰ ਵੀ ਨਹੀਂ ਹੁੰਦੇ ਸੀਗੇ ਬਿਨਾਂ ਟਮਾਟਰ ਤੋਂ ਆਪਾਂ ਇਹਨੂੰ ਬਣਾਵਾਂਗੇ ਤੇ ਕੁੰਡੇ ਦੇ ਵਿੱਚ ਇਹਨੂੰ ਆਪਾਂ ਤੜਕੇ ਨੂੰ ਕੁੱਟ ਕੇ ਫੇਰ ਆਪਾਂ ਇਹ ਸਬਜ਼ੀ ਬਣਾਵਾਂਗੇ ਤੇ ਨਮਕ ਅੱਜ ਵਾਲੀ ਸਬਜ਼ੀ 'ਚ ਆਪਾਂ ਥੋੜਾ ਮੋਟਾ ਹੀ ਪਾਵਾਂਗੇ ਇਹਨੂੰ ਆਪਾਂ ਕੁੰਡੇ ਦੇ ਵਿੱਚ ਕੁੱਟ ਲੈਨੇ ਆ ਸਾਰਾ ਵਾਸ਼ ਕਰਕੇ ਅਸੀਂ ਸੁਕਾ ਲਿਆ ਇਹਨੂੰ ਪੀਣਾ ਵਾ ਲਾਈਟ ਨਹੀਂ ਹੈਗੀ ਅੱਜ ਸਾਡੇ ਫੇਰ ਨਹੀਂ ਤੇ ਇਹਨੂੰ ਆਪਾਂ ਪੀਸ ਲੈਂਦੇ ਆ ਤੇ ਬਾਕੀ ਆਪਾਂ ਇਹਨੂੰ ਵੱਖਰੇ ਵੱਖਰੇ ਨਾਂ ਨਾਲ ਬੋਲ ਰਹੇ ਆ ਕਦੀ ਇਹਨੂੰ ਮੈਂ ਅੰਗਰੇਜ਼ੀ ਕੱਦੂ ਬੋਲਦੀ ਆ ਕਦੀ ਇਹਨੂੰ ਮੈਂ ਚੱਪਣ ਕੱਦੂ ਬੋਲਦੀ ਆ ਕਦੀ ਹਾਈਬ੍ਰਿਡ ਕੱਦੂ ਕਿਉਂਕਿ ਵੱਖ-ਵੱਖ ਇਲਾਕੇ ਦੇ ਵਿੱਚ ਵੱਖ-ਵੱਖ ਸ਼ਹਿਰ ਦੇ ਵਿੱਚ ਵੱਖ-ਵੱਖ ਪਿੰਡ ਦੇ ਵਿੱਚ ਵੱਖ-ਵੱਖ ਦੇ ਨਾਮ ਦੇ ਨਾਲ ਇਹਨੂੰ ਜਾਣਿਆ ਜਾਂਦਾ हेलो फ्रेंड्स सत श्री अकाल नमस्ते आदाब राम राम जय माता दी कैसे हो सब स्वागत है ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਬਲੌਗਰ ਤੇ ਤੋਂ ਫ੍ਰੈਂਡ ਅੱਜ ਆਪਾਂ ਲੈ ਕੇ ਆਏ ਵੀਡੀਓ ਦੇ ਵਿੱਚ ਕੱਦੂ ਤੇ ਕੋਈ ਇਹਨੂੰ ਅੰਗਰੇਜ਼ੀ ਕੱਦੂ ਬੋਲਦਾ ਕੋਈ ਇਹਨੂੰ ਚੱਪਣ ਕੱਦੂ ਬੋਲਦਾ ਵਾ ਹਾਈਬ੍ਰਿਡ ਕੱਦੂ ਹੁੰਦੇ ਵੈਸੇ ਜਿਵੇਂ ਆਪਣੇ ਚੱਪਣ ਕੱਦੂ ਪਹਿਲਾਂ ਹੋਰ ਹੁੰਦੇ ਆ ਦੇਖੋ ਗੋਲ ਗੋਲ ਹੈ ਟਿੰਡੇ ਦੀ ਸ਼ੇਪ 'ਚ ਵੀ ਪੈ ਜਾਂਦਾ ਵਾ ਹਾਈਬ੍ਰਿਡ ਕੱਦੂ ਕਹਿ ਸਕਦੇ ਆਪਾਂ ਇਹਨੂੰ ਤੇ ਕਈ ਲੋਕ ਇਹਨੂੰ ਖਾਣਾ ਪਸੰਦ ਹੀ ਨਹੀਂ ਕਰਦੇ ਵੀ ਕਈਆਂ ਨੂੰ ਟੇਸਟ ਹੀ ਨਹੀਂ ਲੱਗਦਾ ਪਰ ਅੱਜ ਆਪਾਂ ਜਿਹੜੇ ਨਵੇਂ ਤਰੀਕੇ ਨਾਲ ਇਹਨੂੰ ਬਣਾਵਾਂਗੇ ਤੁਸੀਂ ਉਂਗਲਾਂ ਚੱਟਦੇ ਰਹਿ ਜਾਓਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਜਿੱਦਾਂ ਅੱਜ ਆਪਾਂ ਬਣਾਉਣ ਲੱਗੇ ਆ ਕਿਉਂਕਿ ਆਪਣੇ ਸਰੀਰ ਨੂੰ ਹਰ ਇੱਕ ਸਬਜ਼ੀ ਦੇ ਤੱਤ ਚਾਹੀਦੇ ਹੁੰਦੇ ਆ ਕਈ ਬੱਚੇ ਨਹੀਂ ਪਸੰਦ ਕਰਦੇ ਖਾਣਾ ਚਾਹੇ ਕਈ ਸਿਆਣੇ ਵੀ ਨਹੀਂ ਪਸੰਦ ਕਰਦੇ ਪਰ ਤਰੀਕਾ ਆਪਾਂ ਥੋੜਾ ਜਿਹਾ ਬਦਲ ਲੈਣਾ ਕਿ ਬੱਚੇ ਵੀ ਇਹਨੂੰ ਲਾਈਕ ਕਰਨ ਤੇ ਜਿਹਨੂੰ ਨਹੀਂ ਪਸੰਦ ਉਹ ਵੀ ਖਾਵੇ ਤੇ ਆਪਾਂ ਪਿਆਜ ਲਿਆ ਜੀ ਦੋ ਕੱਟ ਕੇ ਲਿਆ ਲਸਣ ਆਪਾਂ ਨਾਲ ਲਿਆ ਆਪਾਂ ਥੋੜਾ ਜਿਹਾ ਅਦਰਕ ਆਪਾਂ ਪੁਰਾਣੇ ਜ਼ਮਾਨੇ ਦੇ ਤਰੀਕੇ ਨਾਲ ਬਣਾਵਾਂਗੇ ਜਿਵੇਂ ਪੁਰਾਣੇ ਜ਼ਮਾਨੇ ਤਰੀਕੇ ਬਣਾਉਂਦੇ ਉਦੋਂ ਟਮਾਟਰ ਵੀ ਨਹੀਂ ਹੁੰਦੇ ਸੀਗੇ ਬਿਨਾਂ ਟਮਾਟਰ ਤੋਂ ਆਪਾਂ ਇਹਨੂੰ ਬਣਾਵਾਂਗੇ ਤੇ ਕੁੰਡੇ ਦੇ ਵਿੱਚ ਇਹਨੂੰ ਆਪਾਂ ਤੜਕੇ ਨੂੰ ਕੁੱਟ ਕੇ ਫੇਰ ਆਪਾਂ ਇਹ ਸਬਜ਼ੀ ਬਣਾਵਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਹ ਤੜਕਾ ਕੁੱਟ ਲੈਨੇ ਆ ਤੇ ਇਹਨਾਂ ਨੂੰ ਛਿੱਲ ਲੈਨੇ ਆ ਫੇਰ ਆਪਾਂ ਤੁਹਾਨੂੰ ਮਿਲਦੇ ਆ ਨਮਕ ਅੱਜ ਵਾਲੀ ਸਬਜ਼ੀ 'ਚ ਆਪਾਂ ਥੋੜਾ ਮੋਟਾ ਹੀ ਪਾਵਾਂਗੇ ਇਹਨੂੰ ਆਪਾਂ ਕੁੰਡੇ ਦੇ ਵਿੱਚ ਕੁੱਟ ਲੈਨੇ ਆ ਸਾਰਾ ਵਾਸ਼ ਕਰਕੇ ਅਸੀਂ ਸੁਕਾ ਲਿਆ ਇਹਨੂੰ ਪੀਣਾ ਵਾ ਲਾਈਟ ਨਹੀਂ ਹੈਗੀ ਅੱਜ ਸਾਡੇ ਫੇਰ ਨਹੀਂ ਤੇ ਇਹਨੂੰ ਆਪਾਂ ਪੀਸ ਲੈਂਦੇ ਇਹ ਸਾਰੇ ਨਮਕ ਦੀ ਵੀਡੀਓ ਜਿਹੜੀ ਤੁਹਾਨੂੰ ਐਂਡ ਸਕਰੀਨ ਤੇ ਮਿਲ ਜਾਏਗੀ ਵੀ ਆਪਾਂ ਇਹਦੇ ਵਿੱਚ ਕਿਹੜੇ ਕਿਹੜੇ ਨਮਕ ਮਿਕਸ ਕੀਤੇ ਆ ਤੇ ਕਿੱਦਾਂ ਇਹਨੂੰ ਆਪਾਂ ਵਾਸ਼ ਕਰਕੇ ਸੁਕਾ ਕੇ ਤੇ ਕਿੱਦਾਂ ਆਪਾਂ ਪੀਸਦੇ ਆ ਹੁਣ ਇਹ ਨਮਕ ਆਪਾਂ ਇਹਦੇ ਵਿੱਚ ਪਾ ਲੈਨੇ ਆ ਕੁੰਡੇ 'ਚ ਜਿੰਨਾ ਕੁ ਆਪਣੇ ਸਬਜ਼ੀ ਨੂੰ ਚਾਹੀਦਾ ਇਹ ਨਾਲ ਹੀ ਆਪਣੇ ਤੜਕੇ ਦੇ ਕੁੱਟਿਆ ਜਾਊਗਾ ਤੇ ਦੇਖੋ ਤੜਕਾ ਆਪਣਾ ਤਕਰੀਬਨ ਕੁੱਟਿਆ ਗਿਆ ਉਹਨਾਂ ਚਿਰ ਆਪਾਂ ਇੱਥੇ ਅੱਗ ਬਾਲ ਲਈ ਹੈ ਤੇ ਇਹਦੇ ਉੱਤੇ ਕੜਾਈ ਰੱਖ ਕੇ ਆਪਾਂ ਤੇਲ ਗਰਮ ਰੱਖ ਦਿੰਨੇ ਤਾਂ ਕਿ ਤੇਲ ਗਰਮ ਹੋ ਜਾਏ ਉਹਨਾਂ ਤੇ ਤੋਂ ਦੇਖੋ ਤੜਕਾ ਆਪਾਂ ਕੁੱਟ ਲਿਆ ਨਮਕ ਆਪਾਂ ਇਹਦੇ ਵਿੱਚ ਹੀ ਕੁੱਟ ਲਿਆ ਸੀਗਾ ਜਿਵੇਂ ਪੁਰਾਣੇ ਜ਼ਮਾਨੇ 'ਚ ਸਾਬਤ ਨਮਕ ਕੁੱਟਦੇ ਸੀਗੇ ਨਾਲ ਆਪਾਂ ਪਾ ਦਾਂਗੇ ਇਹਦੇ ਵਿੱਚ ਹਲਦੀ ਪਾਊਡਰ ਤੇ ਨਾਲ ਹੀ ਆਪਾਂ ਪਾ ਦਾਂਗੇ ਕੁੱਟੀ ਹੋਈ ਲਾਲ ਮਿਰਚ ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਤੇ 2 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਅਮਚੂਰ ਪਾਊਡਰ ਦੇ ਤੁਸੀਂ ਅਨਾਰਦਾਨਾ ਵੀ ਪਾ ਸਕਦੇ ਹੋ ਸਾਡੇ ਕੋਲ ਅੱਜ ਅਨਾਰਦਾਨਾ ਨਹੀਂ ਸੀਗਾ ਆਪਾਂ ਤੇ ਉਹ ਚੀਜ਼ ਦੱਸਦੇ ਆ ਵੀ ਜੋ ਘਰੇ ਹੈਗੇ ਉਹਦੇ ਨਾਲ ਤੁਸੀਂ ਟੇਸਟੀ ਕਿਵੇਂ ਚੀਜ਼ ਨੂੰ ਬਣਾ ਸਕਦੇ ਜਿਹੜੀ ਵੀ ਚੀਜ਼ ਤੁਹਾਡੇ ਕੋਲ ਘਰੇ ਆ ਇਹ ਆਪਣਾ ਜੀਰਾ ਪਾਊਡਰ ਆ ਇਹ ਵੀ ਆਪਾਂ 1 ਚਮਚ ਪਾ ਦੇਣਾ ਚ ਤੇ 1 ਚਮਚ ਹੀ ਆਪਾਂ ਪਾ ਦੇਣਾ ਧਨੀਆ ਪਾਊਡਰ ਤੁਸੀਂ ਧਨੀਆ ਪਾਊਡਰ 'ਚ ਜੀਰਾ ਨਹੀਂ ਹੈ ਤੁਹਾਡੇ ਕੋਲ ਤੇ ਜਿਵੇਂ ਆਪਾਂ ਤੜਕਾ ਕੁੱਟਦੇ ਆ ਤੇ ਤੁਸੀਂ ਸਾਬਤ ਜੀਰਾ ਤੇ ਸਾਬਤ ਧਨੀਆ ਵੀ ਇਹਦੇ ਵਿੱਚ ਪਾ ਸਕਦੇ ਹੋ ਉਦੋਂ ਕੁੱਟਣ ਲੱਗੇ ਹੁਣੇ ਆਪਾਂ ਸਾਰੇ ਮਸਾਲੇ ਇਹਦੇ ਵਿੱਚ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਦੇਖੋ ਤੜਕਾ ਆਪਣਾ ਜਿਹੜਾ ਸਾਰਾ ਤਿਆਰ ਹੋ ਚੁੱਕਿਆ ਤੁਸੀਂ ਰੰਗਤ ਦੇਖੋ ਤੜਕੇ ਦੀ ਕਿੰਨੀ ਸੋਹਣੀ ਹੈ ਹੁਣ ਇਦਾਂ ਆਪਾਂ ਕੱਦੂ 1 ਲੈਣਾ ਉਹਦੇ ਵਿੱਚ ਆਪਾਂ ਇਦਾਂ ਕੱਟ ਮਾਰ ਦੇਣੇ ਜਿਵੇਂ ਆਪਾਂ ਭਰਮਾ ਟਿੰਡੇ ਬਣਾਉਂਦੇ ਆ ਨਾ ਉਦਾਂ ਇਹਨੂੰ ਆਪਾਂ ਬਣਾਵਾਂਗੇ ਇਹ ਦੇਖੋ ਇਹਦੀ ਜਗ੍ਹਾ ਦੇ ਵਿੱਚ ਆਪਾਂ ਸਾਰੇ ਮਸਾਲਾ ਭਰ ਦੇਣਾ ਚਮਚ ਦੀ ਹਲਪਣਾ ਭਰ ਲਓ ਚਾਹੇ ਤੁਸੀਂ ਹੱਥ ਦੀ ਹਲਪਣਾ ਭਰ ਲਓ ਹੁਣ ਦੂਜੀ ਸਾਈਡ ਵੀ ਇਦਾਂ ਹੀ ਨੱਪ ਨੱਪ ਕੇ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਭਰਨਾ ਚੰਗੀ ਤਰ੍ਹਾਂ ਤੇ ਜਿਹੜਾ ਐਕਸਟਰਾ ਇਦਾਂ ਆਪਾਂ ਇਹਨੂੰ ਉਤਾਰ ਦੇਣਾ ਐਕਸਟਰਾ ਮਸਾਲੇ ਨੂੰ ਇਹ ਦੇਖੋ ਕਿੰਨਾ ਸੋਹਣਾ ਭਰ ਗਿਆ ਇਦਾਂ ਆਪਾਂ ਸਾਰੇ ਭਰ ਲੈਂਦੇ ਆ ਤੇ ਫਿਰ ਤੇਲ ਜਦੋਂ ਆਪਣਾ ਗਰਮ ਹੋ ਗਿਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਰਾੜ ਰਾੜ ਕੇ ਫਿਰ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਹੋਣ ਆਪਾਂ ਇਹ ਸਾਰੇ ਭਰ ਲੈਂਦੇ ਪਹਿਲਾਂ ਇਹ ਦੇਖੋ ਇਹ ਕੱਦੂਆਂ ਦੇ ਵਿੱਚ ਆਪਾਂ ਸਾਰੀ ਫਿਲਿੰਗ ਭਰ ਲਈ ਆ ਜਿਹੜੇ ਆਪਣੇ ਚੱਪਣ ਕੱਦੂ ਇਹਨਾਂ 'ਚ ਆਪਾਂ ਨੱਪ ਨੱਪ ਕੇ ਫਿਲਿੰਗ ਭਰਤੀ ਹੈ ਇਹਨਾਂ ਦਾ ਕੱਟ ਉਹਨਾਂ ਕੁ ਲਾਉਣਾ ਤੁਸੀਂ ਵੀ ਇਹ ਟੁੱਟ ਨਾ ਜਾਵੇ ਤੇ ਹੁਣ ਆਪਾਂ ਨੱਪ ਨੱਪ ਕੇ ਇਹਨਾਂ ਦੀ ਸਾਰਿਆਂ ਦੀ ਫਿਲਿੰਗ ਭਰਤੀ ਹੁਣ ਤੇਲ ਵੀ ਆਪਣਾ ਗਰਮ ਹੋ ਚੁੱਕਾ ਤੇ ਆਪਾਂ ਛੱਡ ਦਿੰਦੇ ਇਹਨਾਂ ਨੂੰ ਇਹਦਾ ਇੱਕ ਇੱਕ ਕਰਕੇ ਤੁਸੀਂ ਇਹਦੇ ਵਿੱਚ ਰੱਖ ਦੇਣਾ
ਹੁਣ ਸਾਰੇ ਆਪਾਂ ਇਹਦੇ ਵਿੱਚ ਕੱਦੂ ਰੱਖ ਦਿੱਤੇ ਆ। ਇਹਨਾਂ ਨੂੰ 10-15 ਮਿੰਟ ਲੱਗ ਜਾਣੇ ਘੱਟ ਸੇਕ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਾੜ ਲੜ ਕੇ ਬਣਾਵਾਂਗੇ ਕੱਦੂਆਂ ਨੂੰ। ਜਦੇ ਪੂਰੇ ਬਣ ਜਾਂਦੇ ਫਿਰ ਆਪਾਂ ਤੁਹਾਨੂੰ ਵਿਖਾਉਂਦੇ ਆ। 10 ਮਿੰਟ ਤੁਸੀਂ ਇਹਨਾਂ ਨੂੰ ਇਦਾਂ ਹੀ ਰਹਿਣ ਦੇਣਾ ਵਾ, ਮੁੜ ਕੇ 10 ਮਿੰਟ ਬਾਅਦ ਇਹਨਾਂ ਦੀ ਜਿਹੜੀ ਆ ਪਰਸ ਆ, ਜਿਵੇਂ ਆਪਾਂ ਇਹਨਾਂ ਦਾ ਪਰਸ ਆ ਵਾ ਉਹ ਪਲਟਣਾ ਆਪਾਂ ਵੀ ਚੇਂਜ ਕਰਨਾ, ਤੇ ਦੂਜੀ ਸਾਈਡ ਤੋਂ ਵੀ ਉਦਾਂ ਪਕਾਉਣਾ। ਚਾਰੇ ਪਾਸੇ ਆਪਾਂ ਚੰਗੀ ਤਰ੍ਹਾਂ ਇਦਾਂ ਰਾੜ ਕੇ ਤੇ ਫਿਰ ਆਪਾਂ ਇਹਨਾਂ ਨੂੰ ਉਤਾਰ ਲੈਣਾ। ਬਹੁਤ ਜ਼ਿਆਦਾ ਟੇਸਟੀ ਬਣਦੇ ਆ, ਹੁਣ ਇਹਨਾਂ ਨੂੰ ਬਣ ਲੈਣ ਦਿੰਦੇ ਆ। ਤੇ ਉੱਪਰ ਆਪਾਂ ਇਹਨੂੰ ਕਵਰ ਕਰ ਦੇਣਾ ਤਾਂ ਕਿ ਜਿਹੜੀ ਉੱਪਰਲੀ ਪਰਤ ਆ ਉਹ ਵੀ ਹੌਲੀ ਹੌਲੀ ਅੰਦਰ ਹੀ ਅੰਦਰ ਭਾਫ ਦੇ ਨਾਲ ਉਹ ਵੀ ਪੱਕਦੀ ਰਹੇ। ਹੁਣ ਇਹ ਦੇਖੋ ਆਪਣੇ ਜਿਹੜੇ ਚਿੱਪਣ ਕੱਦੂ ਆ, ਜਿਹਨਾਂ ਨੂੰ ਆਪਾਂ ਅੰਗਰੇਜ਼ੀ ਕੱਦੂ ਵੀ ਕਹਿ ਸਕਦੇ ਹਾਂ, ਇਹ ਪੂਰੇ ਚੰਗੀ ਤਰ੍ਹਾਂ ਬਣ ਚੁੱਕੇ ਨੇ। ਹੁਣ ਦੇਖੋ ਇਹਨਾਂ ਨੂੰ ਆਪਾਂ ਚੈੱਕ ਵੀ ਕਰ ਲਿਆ, ਇੱਦਾਂ ਜਿਹੜਾ ਕੋਈ ਟੁੱਟ ਜਾਂਦਾ ਕਿਸੇ ਵੇਲੇ, ਇਹ ਦੇਖੋ ਇਹ ਪੂਰਾ ਐਨ ਨਰਮ ਹੋ ਚੁੱਕਾ, ਇਹ ਪੂਰਾ ਬਣ ਚੁੱਕੇ ਨੇ। ਹੁਣ ਇਹਨਾਂ ਨੂੰ ਆਪਾਂ ਕੱਢ ਲੈਂਦੇ ਹਾਂ। ਤੁਸੀਂ ਇਹਨਾਂ ਦੇ ਨਾਲ ਜਿਵੇਂ ਆਪਾਂ ਸਾਬਤ ਪਿਆਜ਼ ਨਹੀਂ ਭਰ ਕੇ ਬਣਾਉਂਦੇ ਉੱਦਾਂ ਵੀ ਤੁਸੀਂ ਬਣਾ ਸਕਦੇ ਹੋ, ਵੀ ਬਹੁਤ ਟੇਸਟੀ ਲੱਗਦੇ ਇਹਨਾਂ ਦੇ ਨਾਲ। ਤੇ ਆਪਾਂ ਸਾਰੇ ਕੱਦੂ ਕੱਢ ਲਏ ਜੀ। ਹੁਣ ਇਹਨਾਂ ਦੀ ਗਾਰਨਿਸ਼ ਆਪਾਂ ਕਰ ਦਿੰਦੇ ਹਾਂ ਹਰੇ ਧਨੀਏ ਦੇ ਨਾਲ। ਇੰਨੇ ਜ਼ਿਆਦਾ ਟੇਸਟੀ ਬਣਦੇ, ਦਹੀਂ ਵਾਲੇ ਵੀ ਬਣਦੇ ਆ। ਤੁਸੀਂ ਇੱਦਾਂ ਦਹੀਂ ਦਾ ਤੜਕਾ ਲਾ ਸਕਦੇ ਹੋ ਭਰ ਕੇ, ਉਹ ਵੀ ਬਹੁਤ ਟੇਸਟੀ ਬਣਦੇ ਆ। ਇਹਦੇ ਵਿੱਚ ਥੋੜ੍ਹੀ ਜਿਹੀ ਤੁਸੀਂ ਫਰੈਸ਼ ਮਲਾਈ ਵੀ ਪਾ ਸਕਦੇ ਹੋ। ਤੇ ਲਓ ਜੀ ਆਪਣੇ ਭਰਮਾਂ ਚੱਪਣ ਕੱਦੂ ਬਣ ਕੇ ਤਿਆਰ ਹੋ ਚੁੱਕੇ ਨੇ। ਦੇਖੋ ਕਿੰਨੇ ਸੋਹਣੇ ਲੱਗਦੇ ਆ। ਤੁਸੀਂ ਇਹਨੂੰ ਗ੍ਰੇਵੀ ਵਾਲੇ ਵੀ ਬਣਾ ਸਕਦੇ ਹੋ, ਜ਼ਿਆਦਾ ਮਸਾਲੇ ਦੇ ਵਿੱਚ ਵੀ ਛੱਡ ਸਕਦੇ ਹੋ, ਜਿਵੇਂ ਆਪਾਂ ਕਿ ਟਿੰਡੇ ਬਣਾ ਕੇ ਪਾਏ ਆ ਚੈਨਲ ਤੇ। ਇਹਨੂੰ ਤੁਸੀਂ ਦਹੀਂ ਵਾਲੇ ਵੀ ਬਣਾ ਸਕਦੇ ਹੋ, ਜੇ ਨਹੀਂ ਤਾਂ ਤੁਸੀਂ ਇਹਦੇ ਵਿੱਚ ਥੋੜ੍ਹੀ ਜਿਹੀ ਫਰੈਸ਼ ਮਲਾਈ ਪਾ ਸਕਦੇ ਹੋ। ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ, ਹੈਲਦੀ ਵੀ ਬਹੁਤ ਹੁੰਦੇ ਆ। ਇੱਕ ਵਾਰੀ ਬਣਾ ਕੇ ਖਾ ਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਤੇ ਉਹਨੇ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਭਰਮਾ ਚੱਪਣ ਕੱਦੂ ਦੀ ਰੈਸਪੀ ਕਿੱਦਾਂ ਦੀ ਲੱਗੀ। ਜੇ ਰੈਸਪੀ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦੱਬ ਕੇ ਕਰ ਦਿਓ ਜੀ। ਤੇ ਬਾਕੀ ਆਪਾਂ ਇਹਨੂੰ ਵੱਖਰੇ ਵੱਖਰੇ ਨਾਂ ਨਾਲ ਬੋਲ ਰਹੇ ਹਾਂ, ਕਦੀ ਇਹਨੂੰ ਮੈਂ ਅੰਗਰੇਜ਼ੀ ਕੱਦੂ ਬੋਲਦੀ ਹਾਂ, ਕਦੀ ਇਹਨੂੰ ਮੈਂ ਚੱਪਣ ਕੱਦੂ ਬੋਲਦੀ ਹਾਂ, ਕਦੀ ਹਾਈਬ੍ਰਿਡ ਕੱਦੂ, ਕਿਉਂਕਿ ਵੱਖ ਵੱਖ ਇਲਾਕੇ ਦੇ ਵਿੱਚ, ਵੱਖ ਵੱਖ ਸ਼ਹਿਰ ਦੇ ਵਿੱਚ, ਵੱਖ ਵੱਖ ਪਿੰਡ ਦੇ ਵਿੱਚ ਵੱਖ ਵੱਖ ਦੇ ਨਾਮ ਦੇ ਨਾਲ ਇਹਨੂੰ ਜਾਣਿਆ ਜਾਂਦਾ। ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹਨੂੰ ਕਿਹੜੇ ਨਾਂ ਨਾਲ ਜਾਣਦੇ ਹੋ। ਆਪਾਂ ਤੁਹਾਨੂੰ ਇਹਨਾਂ ਦੀ ਕੱਚਿਆਂ ਦੀ ਫੋਟੋ ਵੀ ਵਿਖਾ ਦਿੱਤੀ ਆ, ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ। ਕੱਦੂ ਤੋਰੀ ਦੀ ਨਸਲ ਦੇ ਵਿੱਚੋਂ ਹੀ ਹੁੰਦੇ ਨੇ ਤੇ ਹੁਣ ਇਹ ਆਪਣੇ ਬਣ ਕੇ ਰੈਡੀ ਹੋ ਚੁੱਕੇ ਆ। ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਬਾਕੀ ਆਪਣੇ ਇਸ ਚੈਨਲ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਕਿ ਆਪਾਂ ਸਰੀਰ ਸੰਬੰਧੀ ਜਾਣਕਾਰੀ ਵਾਲੇ ਵੀਡੀਓ ਸਾਰੀਆਂ ਪਾਈਆਂ ਨੇ, ਕਿ ਆਪਾਂ ਨੂੰ ਕਿਹੜੇ ਅਨਾਜ ਖਾਣੇ ਚਾਹੀਦੇ ਨੇ, ਕਿਹੜੇ ਆਪਾਂ ਨੂੰ ਭਾਂਡੇ ਵਰਤਣੇ ਚਾਹੀਦੇ ਨੇ। ਤੇ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਣ, ਜ਼ਿਆਦਾ ਤੋਂ ਜ਼ਿਆਦਾ ਲੋੜਵੰਦਾਂ ਨੂੰ ਸ਼ੇਅਰ ਕਰੋ ਜੀ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਆਪਾਂ ਨੂੰ ਕਿਹੜੇ ਅਨਾਜ ਖਾਣੇ ਚਾਹੀਦੇ ਨੇ, ਕਿਹੜੇ ਭਾਂਡੇ ਆਪਣੀ ਸਿਹਤ ਵਾਸਤੇ ਚੰਗੇ ਨੇ ਤੇ ਕਿਹੜੇ ਆਪਣੀ ਸਿਹਤ ਵਾਸਤੇ ਮਾੜੇ ਨੇ। ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ, ਤੇ ਗਰਮਾ ਗਰਮ ਕੱਦੂ ਦੀ ਸਬਜ਼ੀ ਖਾ ਕੇ ਕਰਦੇ ਇੰਜੋਏ। ਮਿਲਦੇ ਨੇ ਨੈਕਸਟ ਵੀਡੀਓ, ਤਦ ਤੱਕ ਲਈ ਬਾਏ।